हेलो स्टूडेंट्स, आई एम जीडीएस सोनी, डायरेक्टर ऑफ इंजीनियर्स करियर ग्रुप। आज मैं फिर तुहाडे लई एक नवी वीडियो लेके आया। इस वीडियो च तुहानू मैं जिहड़ी जानकारी देने वाला हैगा, जिहड़ी हुणे हुणे पीएसपीसीएल ने नोटिफिकेशन जारी कीती है जूनियर इंजीनियर एग्जाम लई, उहदी कंप्लीट जिहड़ी जानकारी हैगी है उह मैं इस वीडियो थ्रू तुहानू डिस्कस कर रहा हां। सो इस वीडियो नू लास्ट तक जरूर देखो और अपने फ्रेंड्स नाल भी ज्यादा ज्यादा शेयर करो, बिकॉज इस बार पीएसपीसीएल ने बहुत सारे चेंजेस करे ने। ਉਹ ਸਾਰੇ ਚੇਂਜਿਸ ਡਿਟੇਲ ਨਾਲ ਤੁਹਾਡੇ ਮੈਂ ਇਸ ਵੀਡੀਓ ਡਿਸਕਸ ਕਰਨ ਵਾਲਾ। ਸੋ ਸਾਰੇ ਫਰੈਂਡਸ ਨਾਲ ਸ਼ੇਅਰ ਕਰੋ, ਕਾਲਜ ਦੇ ਗਰੁੱਪਸ ਵਿੱਚ ਜਿਹੜਾ ਹੈ ਇਹਨੂੰ ਸ਼ੇਅਰ ਕਰਨਾ ਨਹੀਂ ਭੁੱਲਣਾ ਹੈਗਾ, ਬਿਕੋਜ਼ ਫਾਈਨਲ ਏਅਰ ਦੇ ਜਿਹੜੇ ਸਟੂਡੈਂਟਸ ਨੇ ਉਹ ਸਾਰੇ ਦੇ ਸਾਰੇ ਐਲੀਜੀਬਲ ਨੇ ਪੀਐਸਪੀਸੀਐਲ ਦੀ ਜੂਨੀਅਰ ਇੰਜੀਨੀਅਰ ਦੀ ਰਿਕਰੂਟਮੈਂਟ ਲਈ। ਸੋ ਇਹਨੂੰ ਜ਼ਿਆਦਾ ਜ਼ਿਆਦਾ ਸ਼ੇਅਰ ਕਰੋ, ਤੁਹਾਡੇ ਨਾਲ ਤੁਹਾਡੇ ਹੋਰ ਜਿਹੜੇ ਫਰੈਂਡਸ ਨੇ ਉਹ ਵੀ ਅਵੇਅਰ ਹੋ ਸਕਣ। ਔਰ ਇਸ ਵਾਰ ਜਿਹੜਾ ਆਪਾਂ ਗੋਲ ਲਿਆ ਸੀਗਾ ਕਿ ਆਪਾਂ ਇਸ ਵਾਰ ਅਫਸਰ ਬਣ ਕੇ ਰਹਿਣਾ ਹੈਗਾ, ਤਾਂ ਇਹ ਗੋਲ ਆਪਾਂ ਸਾਰਿਆਂ ਨੇ ਮਿਲ ਕੇ ਜਿਹੜਾ ਪੂਰਾ ਕਰਨਾ ਹੈਗਾ। ਔਰ ਪੀਐਸਪੀਸੀਐਲ ਦੀ ਨੌਕਰੀ ਹੁਣ ਆਪਾਂ ਆਪਣੇ ਹੱਥੋਂ ਨਹੀਂ ਜਾਣ ਦੇਣੀ ਹੈਗੀ ਹੈ। ਸੋ ਫਦਰ ਤੁਹਾਨੂੰ ਕੋਈ ਵੀ ਕਿਸੇ ਨੇ ਗਾਈਡੈਂਸ ਚਾਹੀਦੀ ਹੋਵੇ, ਜਾਣਕਾਰੀ ਚਾਹੀਦੀ ਹੋਵੇ, ਤਾਂ ਤੁਸੀਂ ਮੇਰੇ ਟੈਲੀਗ੍ਰਾਮ ਚੈਨਲ 'ਤੇ ਜ਼ਰੂਰ ਜੁੜੋ। ਟੈਲੀਗ੍ਰਾਮ ਚੈਨਲ 'ਤੇ ਤੁਹਾਨੂੰ ਆਪ ਪਰਸਨਲੀ ਜਿਹੜਾ ਹੈਗਾ ਗਾਈਡ ਕਰਦਾ ਹੈਗਾ। ਟੈਲੀਗ੍ਰਾਮ ਚੈਨਲ 'ਤੇ ਜੁੜਨ ਲਈ ਤੁਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਜਾਓ, ਉੱਥੇ ਤੁਹਾਨੂੰ ਟੈਲੀਗ੍ਰਾਮ ਚੈਨਲ ਦਾ ਲਿੰਕ ਮਿਲੇਗਾ। ਕਲਿੱਕ ਕਰਕੇ ਟੈਲੀਗ੍ਰਾਮ ਚੈਨਲ ਤੁਸੀਂ ਜਿਹੜਾ ਹੈਗਾ ਜੁਆਇਨ ਕਰ ਲਓ। ਸੋ ਤੁਹਾਡੇ ਜਿਹੜੇ ਮਨ ਵਿੱਚ ਡਾਊਟ ਹੋਣ, ਸਾਰੇ ਡਾਊਟ ਤੁਸੀਂ ਉਸ ਟੈਲੀਗ੍ਰਾਮ ਚੈਨਲ ਜਿਹੜੇ ਹੈਗੇ ਹੈ ਉਹ ਮੇਰੇ ਤੋਂ ਪਰਸਨਲੀ ਜਿਹੜਾ ਹੈ ਕਲੀਅਰ ਕਰ ਸਕਦੇ ਹੈਗੇ ਹੋ। ਸੋ ਅੱਗੇ ਹੁਣ ਆਪਾਂ ਜਾਣਕਾਰੀ ਲੈਂਦੇ ਹੈਗੇ ਹਾਂ ਪੀਐਸਪੀਸੀਐਲ ਨੇ ਜਿਹੜੀ ਹੁਣੇ ਹੁਣੇ ਰੀਸੈਂਟ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈਗਾ ਫੋਰ ਜੂਨੀਅਰ ਇੰਜੀਨੀਅਰ ਐਗਜ਼ਾਮੀਨੇਸ਼ਨ ਲਈ, ਜਿਸ 'ਚ ਟੋਟਲ 75 ਜਿਹੜੀਆਂ ਪੋਸਟਾਂ ਨੇ ਉਹ ਅਨਾਊਂਸ ਕੀਤੀਆਂ ਗਈਆਂ ਨੇ। ਬਟ ਇਸ ਵਾਰ ਪੀਐਸਪੀਸੀਐਲ ਇਸ ਨੋਟੀਫਿਕੇਸ਼ਨ ਜਦੋਂ ਧਿਆਨ ਨਾਲ ਪੜਿਆ ਗਿਆ, ਧਿਆਨ ਨਾਲ ਦੇਖਿਆ ਗਿਆ, ਤਾਂ ਇੱਕ ਬੜੀ ਇੰਪੋਰਟੈਂਟ ਗੱਲ ਜਿਹੜੀ ਹੈ ਉਹ 'ਚ ਨੋਟਿਸ ਕਰਨ ਵਿੱਚ ਆਈ ਹੈਗੀ ਹੈ ਕਿ ਪੀਐਸਪੀਸੀਐਲ ਇਸ ਵਾਰ ਜਿਹੜਾ ਜੂਨੀਅਰ ਇੰਜੀਨੀਅਰ ਦਾ ਐਗਜ਼ਾਮ ਹੈਗਾ ਉਹਨੂੰ ਪ੍ਰੀ ਐਂਡ ਮੇਨਸ ਵਿੱਚ ਜਨਰੇਟ ਕਰਵਾਏਗੀ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਕਿ ਪੀਐਸਪੀਸੀਐਲ ਜੇਈ ਐਗਜ਼ਾਮ ਲਈ ਤੁਹਾਨੂੰ ਦੋ ਪੇਪਰ ਦੇਣੇ ਪੈਣਗੇ। ਪਹਿਲਾਂ ਤੁਹਾਨੂੰ ਪ੍ਰੀ ਦਾ ਐਗਜ਼ਾਮ ਦੇਣਾ ਪਏਗਾ, ਫਿਰ ਤੁਹਾਨੂੰ ਮੇਨਸ ਦਾ ਐਗਜ਼ਾਮ ਦੇਣਾ ਪਏਗਾ, ਤਾਂ ਜਾ ਕੇ ਤੁਹਾਡਾ ਫਾਈਨਲ ਜਿਹੜਾ ਪੀਐਸਪੀਸੀਐਲ ਐਜ਼ ਅ ਜੇਈ ਜਿਹੜਾ ਹੈਗਾ ਉਹ ਸਿਲੈਕਸ਼ਨ ਹੋਣਾ ਹੈਗਾ। ਜੀ ਹਾਂ, ਇਹ ਐਗਜ਼ਾਮ ਪੈਟਰਨ ਜਿਹੜਾ ਹੈਗਾ ਅਪਡੇਟ ਕਰ ਦਿੱਤਾ ਗਿਆ ਹੈਗਾ। ਅਗਰ ਤੁਸੀਂ ਇਹ ਗੱਲ ਤੋਂ ਹਜੇ ਅਵੇਅਰ ਨਹੀਂ ਹੈਗੇ ਤਾਂ ਇਸ ਵੀਡੀਓ ਤੋਂ ਅਵੇਅਰ ਹੋ ਜਾਓ ਕਿ ਇਸ ਵਾਰ ਸਾਨੂੰ ਦੋ ਪੇਪਰ ਜਿਹੜੇ ਹੈਗੇ ਉਹ ਪੜ੍ਹ ਕੇ ਦੇਣੇ ਹੈਗੇ ਹੈ। ਪਹਿਲੇ ਪ੍ਰੀ ਦਾ ਐਗਜ਼ਾਮ ਦੇਣਾ ਹੈ, ਦੈਨ ਮੇਨਸ ਐਗਜ਼ਾਮ ਦੇਣਾ ਹੈਗਾ, ਫਿਰ ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ, ਦੈਨ ਫਾਈਨਲ ਸਿਲੈਕਸ਼ਨ ਜਿਹੜਾ ਹੋਣਾ ਹੈਗਾ। ਹੁਣ ਆਪਾਂ ਗੱਲ ਤੇ ਆਉਂਦੇ ਹੈਗੇ ਕਿ ਪ੍ਰੀ ਐਂਡ ਮੇਨ ਦੇ ਵਿੱਚ ਸਿਲੇਬਸ ਕਿਆ ਕਿਆ ਰਹੇਗਾ। ਦੇਖੋ, ਪ੍ਰੀ ਐਗਜ਼ਾਮ ਐਂਡ ਮੇਨਸ ਐਗਜ਼ਾਮ ਦਾ ਜਿਹੜਾ ਸਿਲੇਬਸ ਹੈਗਾ ਉਹ ਸੇਮ ਰਹੇਗਾ, ਔਰ ਪ੍ਰੀ ਐਂਡ ਮੇਨਸ ਐਗਜ਼ਾਮ ਵਿੱਚ ਜਿਹੜਾ ਐਗਜ਼ਾਮ ਦੇ ਜਿਹੜੇ ਕੁਐਸਚਨਸ ਨੇ ਉਹ ਵੀ ਓਬਜੈਕਟਿਵ ਤਰ੍ਹਾਂ ਦੇ ਹੀ ਰਹਿਣਗੇ। ਓਬਜੈਕਟਿਵ ਟਾਈਪ ਕੁਐਸਚਨਸ ਹੀ ਆਉਣੇ ਨੇ ਪ੍ਰੀ ਐਗਜ਼ਾਮ ਵਿੱਚ, ਓਬਜੈਕਟਿਵ ਟਾਈਪ ਕੁਐਸਚਨ ਹੀ ਆਉਣੇ ਨੇ ਮੇਨਸ ਐਗਜ਼ਾਮ ਵਿੱਚ, ਔਰ ਦੋਨੋਂ ਜਿਹੜੇ ਪੇਪਰ ਨੇ 100 ਮਾਰਕਸ ਦੇ ਹੀ ਹੋਣਗੇ। ਜੀ ਹਾਂ, ਬਿਲਕੁਲ, ਪ੍ਰੀ ਐਗਜ਼ਾਮ ਵੀ 100 ਮਾਰਕਸ ਦਾ ਹੋਏਗਾ ਔਰ ਮੇਨਸ ਐਗਜ਼ਾਮ ਵੀ 100 ਮਾਰਕਸ ਦਾ ਹੋਏਗਾ, ਔਰ ਦੋਨਾਂ 'ਚ ਹੀ ਓਬਜੈਕਟਿਵ ਜਿਹੜੇ ਕੁਐਸਚਨ ਨੇ ਉਹ ਆਉਣਗੇ। ਇਸ ਤੋਂ ਬਾਅਦ ਜਿਹੜੀ ਇੰਪੋਰਟੈਂਟ ਗੱਲ ਹੈਗੀ ਹੈ ਉਹ ਸਿਲੇਬਸ ਨੂੰ ਲੈ ਕੇ ਹੈਗੀ ਹੈ। ਸਿਲੇਬਸ ਜਿਹੜਾ ਹੈਗਾ ਔਰ 70-30 ਦੀ ਰੇਸ਼ੋ ਵਿੱਚ ਆਏਗਾ। 70% ਤੁਹਾਨੂੰ ਟੈਕਨੀਕਲ ਸਿਲੇਬਸ ਆਉਣਾ ਹੈਗਾ, ਜਿਹੜਾ ਤੁਹਾਡਾ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਦਾ ਜਿਹੜਾ ਸਿਲੇਬਸ ਹੋਏਗਾ, ਔਰ 30% ਜਿਹੜਾ ਸਿਲੇਬਸ ਹੈਗਾ ਉਹ ਤੁਹਾਨੂੰ GK ਆਉਣੀ ਹੈ, ਰੀਜਨਿੰਗ ਆਉਣੀ ਹੈ ਔਰ ਇੰਗਲਿਸ਼ ਆਉਣੀ ਹੈਗੀ ਹੈ। ਟੋਟਲ 100 ਨੰਬਰ ਦਾ ਪੇਪਰ ਆਉਣਾ ਹੈਗਾ, ਔਰ 100 ਨੰਬਰ ਜਿਹੜੇ ਨੇ ਉਹ 70+30 ਵਿੱਚ ਜਿਹੜੇ ਹੈਗੇ ਉਹ ਡਿਵਾਈਡ ਕੀਤੇ ਹੋਏ ਨੇ। 70 ਨੰਬਰ ਟੈਕਨੀਕਲ ਐਗਜ਼ਾਮ ਹੋਏਗਾ ਦੋਨੋਂ ਐਗਜ਼ਾਮ ਵਿੱਚ, ਪ੍ਰੀ ਵਿੱਚ ਵੀ, ਮੇਨ ਵਿੱਚ ਵੀ, ਔਰ 30% ਜਿਹੜਾ ਪੇਪਰ ਹੈਗਾ 30 ਮਾਰਕਸ ਦਾ ਪੇਪਰ ਹੈਗਾ ਉਹ ਤੁਹਾਡਾ ਪ੍ਰੀ ਐਂਡ ਮੇਨਸ ਦੋਨਾਂ ਵਿੱਚ ਓਬਜੈਕਟਿਵ ਦੇ ਕੁਐਸਚਨਸ ਹੀ ਹੋਣਗੇ, ਔਰ ਇੱਦਾਂ ਇਹ ਪੇਪਰ ਜਿਹੜਾ ਹੈਗਾ ਇਹ ਡਿਫਾਈਨ ਕੀਤਾ ਹੋਇਆ। ਸੋ ਬੱਚੇ ਹੁਣ ਥੋੜ੍ਹਾ ਜਿਹਾ ਧਿਆਨ ਦਵੋ, ਜਿਹੜਾ ਪੜ੍ਹਨਾ ਹੈਗਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ। ਪੇਪਰ ਜਿਹੜੇ ਲੈਵਲ ਹੈ ਉਹ ਚੇਂਜ ਹੋਣੇ ਸ਼ੁਰੂ ਹੋ ਗਏ। ਹੁਣ ਸਾਡਾ ਦਿੱਕਤ ਕਿਆ ਹੁੰਦੀ ਹੈ, ਜਦੋਂ ਤੱਕ ਨੋਟੀਫਿਕੇਸ਼ਨ ਨਹੀਂ ਆਉਂਦਾ ਹੈਗਾ ਉਦੋਂ ਆਪਾਂ ਇਹ ਸੋਚਦੇ ਹੈਗੇ ਜਦੋਂ ਨੋਟੀਫਿਕੇਸ਼ਨ ਆਏਗਾ ਆਪਾਂ ਉਦੋਂ ਪੜ੍ਹਨਾ ਸਟਾਰਟ ਕਰਾਂਗੇ, ਬਟ ਜਦੋਂ ਨੋਟੀਫਿਕੇਸ਼ਨ ਆ ਜਾਂਦਾ ਹੈਗਾ ਉਦੋਂ ਆਪਾਂ ਇਹ ਸੋਚਦੇ ਹੈਗੇ ਆ ਕਿ ਹੁਣ ਸ਼ਾਇਦ ਸਾਡੇ ਕੋਲ ਟਾਈਮ ਘੱਟ ਹੈਗਾ, ਹੁਣ ਐਗਜ਼ਾਮ ਦਾ ਪੈਟਰਨ ਜਿਹੜਾ ਚੇਂਜ ਹੋ ਗਿਆ, ਹੁਣ ਜਿਹੜਾ ਲੈਵਲ ਹੈ ਅਪਗ੍ਰੇਡ ਹੋ ਗਿਆ, ਸੋ ਹੁਣ ਮੈਂ ਤਿਆਰੀ ਕਿੱਦਾਂ ਕਰਾਂਗਾ। ਅਗਰ ਇੱਦਾਂ ਤੁਸੀਂ ਸੋਚਦੇ ਰਹੋਗੇ, ਅਗਰ ਇਸ ਸੋਚ ਨਾਲ ਤੁਸੀਂ ਚੱਲਦੇ ਰਹੋਗੇ ਤਾਂ ਬੱਚੇ ਤੁਹਾਡਾ ਕੋਈ ਪੇਪਰ ਜ਼ਿੰਦਗੀ 'ਚ ਨਹੀਂ ਨਿਕਲ ਪਾਉਣਾ ਹੈਗਾ। ਸੋ ਤੁਸੀਂ ਚਾਹੁੰਦੇ ਹੋ ਤੁਹਾਡੇ ਪੇਪਰ ਪਾਸ ਹੋਣ, ਤਾਂ ਤੁਸੀਂ ਇੰਜੀਨੀਅਰਸ ਕਰੀਅਰ ਨਾਲ ਜ਼ਰੂਰ ਜੁੜੋ। ਇਸ ਟਾਈਮ 'ਤੇ ਇੰਜੀਨੀਅਰਸ ਕਰੀਅਰ ਤੁਹਾਡੇ ਲਈ ਲਾਈਵ ਜਿਹੜੇ ਕੋਰਸਿਸ ਉਹ ਚਲਾ ਰਿਹਾ ਹੈਗਾ। ਹੁਣ ਤੁਸੀਂ ਘਰੇ ਬੈਠ ਕੇ ਜਿਹੜੇ ਸਾਡੇ ਪਰਮਨੈਂਟ ਟੀਚਰਸ ਨੇ ਜਿਹੜੇ ਚੰਡੀਗੜ੍ਹ ਪੜ੍ਹਾਉਂਦੇ ਨੇ ਉਹ ਤੁਹਾਨੂੰ ਲਾਈਵ ਪੜ੍ਹਾਉਣਗੇ ਤੁਹਾਡੇ ਘਰੇ ਬੈਠ ਕੇ। ਇਸ ਤੋਂ ਵਧੀਆ ਮੌਕਾ ਬੱਚੇ ਨਹੀਂ ਮਿਲਣਾ ਹੈਗਾ। ਇਸ ਵੇਲੇ ਤੁਹਾਨੂੰ ਲਾਈਵ ਕੋਰਸਿਸ ਉੱਪਰ 56% ਤੱਕ ਦਾ ਡਿਸਕਾਊਂਟ ਜਿਹੜਾ ਹੈਗਾ ਤੁਹਾਨੂੰ ਮਿਲ ਜਾਏਗਾ। 56% ਡਿਸਕਾਊਂਟ ਜਿਹੜਾ ਹੈ ਲਾਈਵ ਕੋਰਸਿਸ ਉੱਪਰ ਚੱਲ ਰਿਹਾ। ਇਸ ਤੋਂ ਵਧੀਆ ਮੌਕਾ ਜਿਹੜਾ ਬੱਚੇ ਹੁਣ ਤੁਹਾਡੇ ਕੋਲ ਨਹੀਂ ਹੈਗਾ ਕਿ ਤੁਸੀਂ ਤਿਆਰੀ ਕਰ ਸਕੋ। ਸੋ ਹੁਣੇ ਦੇ ਸਾਡੇ ਹੈਲਪਲਾਈਨ ਨੰਬਰ 'ਤੇ 9855757542 ਜਾ ਕੇ ਪੂਰੀ ਦੀ ਪੂਰੀ ਜਾਣਕਾਰੀ ਕੋਰਸਿਸ ਲੈ ਸਕਦੇ ਹੈਗੇ ਹੋ।
ਫਰਦਰ ਤੁਹਾਨੂੰ ਪੀਐਸਪੀਸੀ ਨਾਲ ਰਿਲੇਟਡ ਜਿਹੜੀ ਜਾਣਕਾਰੀ ਹੈਗੀ ਹੈ ਤੁਸੀਂ ਟੈਲੀਗ੍ਰਾਮ ਚੈਨਲ 'ਤੇ ਜਿਹੜਾ ਜੁੜ ਸਕਦੇ ਹੋ। ਟੈਲੀਗ੍ਰਾਮ ਚੈਨਲ 'ਤੇ ਜੁੜਨ ਲਈ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਜਾਓ, ਉੱਥੇ ਇੱਕ ਟੈਲੀਗ੍ਰਾਮ ਚੈਨਲ ਮਿਲ ਜਾਏਗਾ। ਔਰ ਇਹਦਾ ਔਨਲਾਈਨ ਐਪਲੀਕੇਸ਼ਨ ਫੋਰਮ ਜਿਹੜਾ ਹੈਗਾ 31 ਮਈ ਨੂੰ ਜਿਹੜਾ ਹੈ ਸਟਾਰਟ ਆਉਣਾ ਹੈਗਾ। ਸੋ ਸਾਡੇ ਕੋਲ ਹਜੇ ਟਾਈਮ ਹੈਗਾ, ਸੋ ਆਪਾਂ ਔਨਲਾਈਨ ਐਪਲੀਕੇਸ਼ਨ ਫੋਰਮ ਓਪਨ ਹੋਣ ਦੀ ਵੇਟ ਨਹੀਂ ਕਰਨੀ ਹੈਗੀ। ਨਵੇਂ ਬੈਚਿਸ PSPCL ਦੇ ਨਵੇਂ ਐਗਜ਼ਾਮ ਪੈਟਰਨ ਦੇ ਹਿਸਾਬ ਨਾਲ ਇੰਜੀਨੀਅਰਸ ਕਰੇ ਗਰੁੱਪ ਨੇ ਲਾਂਚ ਕਰਤੇ ਹੈਗੇ ਅੱਜ ਤੋਂ। ਤੋ ਤੁਸੀਂ ਜਿਹੜਾ ਹੈਗਾ ਉਹਨੂੰ ਜੁਆਇਨ ਕਰੋ, ਕੋਰਸ ਜਿਹੜੇ ਹੈਗੇ ਆਪਣੇ ਜੁਆਇਨ ਕਰੋ। ਬਿਨਾਂ ਪੜ੍ਹੇ ਪੇਪਰ ਵਿੱਚ ਨਹੀਂ ਜਾਣਾ ਹੈਗਾ। ਅਗਰ ਪੇਪਰ ਵਿੱਚ ਤੁਸੀਂ ਇਹ ਸੋਚੋਗੇ ਕਿ ਆਪਾਂ ਇਸ ਵਾਰ ਟਰਾਈ ਕਰਕੇ ਦੇਖਾਂਗੇ, ਤਾਂ ਬੱਚੇ ਇਸ ਸਾਲ ਦਾ ਤੁਸੀਂ ਜਿਹੜਾ ਮੌਕਾ ਸੀਗਾ ਜੋਬ ਲੈਣ ਦਾ ਉਹ ਤੁਸੀਂ ਗੁਆ ਦੋਗੇ। ਜਿਹੜੇ ਵੀ ਬੱਚੇ ਫਾਈਨਲ ਈਅਰ ਵਿੱਚ ਨੇ ਉਹਨਾਂ ਨੂੰ ਮੇਰੀ ਅਪੀਲ ਹੈਗੀ ਹੈ, ਤੁਸੀਂ ਬੱਚੇ ਹੁਣ ਫ੍ਰੀ ਹੈਗੇ ਹੋ, ਆਪਣਾ ਟਾਈਮ ਵੇਸਟ ਨਾ ਕਰੋ, ਆਪਣੀ ਤਿਆਰੀ ਸਟਾਰਟ ਕਰੋ। ਤੁਸੀਂ ਤਿਆਰੀ ਸਟਾਰਟ ਕਰੋਗੇ 22 ਤੋਂ 23 ਸਾਲ ਦੀ ਉਮਰ ਵਿੱਚ ਤੁਸੀਂ ਜੋਬ ਜਿਹੜੀ ਲੱਗ ਜਾਓਗੇ, ਔਰ ਤੁਹਾਡੇ ਲਈ ਬਹੁਤ ਬ੍ਰਾਈਟ ਫਿਊਚਰ ਜਿਹੜਾ ਹੈਗਾ ਇਹ ਵੈਕੈਂਸੀ ਥਰੂ ਤੁਹਾਨੂੰ ਮਿਲਣਾ ਹੈਗਾ। ਸੋ ਆਪਣਾ ਟਾਈਮ ਵੇਸਟ ਨਾ ਕਰੋ। PSPCL ਨੇ ਇੱਕ ਐਸੀ ਨੋਟੀਫਿਕੇਸ਼ਨ ਹੈਗੀ ਹੈ ਜਿਹਦੇ 'ਚ ਫਾਈਨਲ ਈਅਰ ਸਟੂਡੈਂਟਸ ਐਲੀਜੀਬਲ ਨੇ। ਸੋ ਇਹ ਮੌਕਾ ਆਪਣੇ ਹੱਥੋਂ ਆਪਾਂ ਜਾਣ ਨਹੀਂ ਦੇਣਾ ਹੈਗਾ। ਅੱਜ ਦੇ ਅੱਜ ਹੁਣੇ ਦੇ ਹੁਣੇ ਹੈਲਪਲਾਈਨ ਨੰਬਰ 9855-7544 'ਤੇ ਜਾ ਕੇ ਪੂਰੀ ਕੰਪਲੀਟ ਜਾਣਕਾਰੀ ਜਿਹੜੀ ਹੈਗੀ ਹੈ ਇਸ ਕੋਰਸ ਦੀ ਲਵੋ। ਔਰ ਇਸ ਕੋਰਸ ਨੂੰ ਸਬਸਕ੍ਰਾਈਬ ਕਰਨ ਲਈ ਤੁਸੀਂ ਸਾਡੀ ਵੈਬਸਾਈਟ www.engineerscareergroup.in ਤੇ ਜਾ ਕੇ ਬਾਏ ਨਾਓ ਸਬਸਕ੍ਰਿਪਸ਼ਨ ਵਿੱਚ ਜਾ ਕੇ ਤੁਸੀਂ ਸਬਸਕ੍ਰਿਪਸ਼ਨ ਜਿਹੜੀਆਂ ਔਨਲਾਈਨ ਕੋਰਸ ਜਿਹੜੀਆਂ ਹੈਗੀਆਂ ਉਹ ਲੈ ਸਕਦੇ ਹੈਗੇ ਹੋ। ਸਾਡੇ ਜਿਹੜੇ ਕੋਰਸ ਹੀ ਚੱਲ ਰਹੇ ਨੇ, ਅਰਲੀ ਮਾਰਨਿੰਗ ਚੱਲਦੇ ਨੇ, ਆਫਟਰਨੂਨ ਬੈਚ ਚੱਲਦੇ ਨੇ, ਲੇਟ ਈਵਨਿੰਗ ਬੈਚ ਚੱਲਦੇ ਨੇ। ਔਰ ਇਹ ਕੋਰਸਿਸ ਵਿੱਚ ਸਾਨੂੰ ਜਿਹੜੇ ਲਾਈਵ ਕਲਾਸਿਸ ਨੇ ਇਹਦੇ ਵਿੱਚ ਤੁਹਾਨੂੰ ਟੈਕਨੀਕਲ ਪਲੱਸ ਨੋਨ ਟੈਕਨੀਕਲ ਦੋਨਾਂ ਦੀ ਮਿਲਾ ਕੇ 5 ਘੰਟੇ ਦਿਨ 'ਚ ਕਲਾਸ ਦਿੱਤੀ ਜਾ ਰਹੀ ਹੈ। ਸੋ ਸਿਲੇਬਸ ਨੂੰ ਫੋਕਸ ਕਰਕੇ ਪੜ੍ਹਾਇਆ ਜਾ ਰਿਹਾ ਹੈਗਾ, ਤਾਂ ਤੁਸੀਂ ਘਬਰਾਉਣਾ ਨਹੀਂ ਹੈਗਾ। ਤੁਹਾਡਾ ਜਿਹੜਾ ਸਿਲੇਬਸ ਹੈਗਾ, ਐਗਜ਼ਾਮ ਪੈਟਰਨ ਹੈਗਾ, ਬਿਲਕੁਲ ਉਹਨੂੰ ਫੋਲੋ ਕਰਕੇ ਉਹਦੇ ਹਿਸਾਬ ਨਾਲ ਹੀ ਜਿਹੜਾ ਹੈਗਾ ਤੁਹਾਨੂੰ ਤਿਆਰੀ ਕਰਵਾਈ ਜਾ ਰਹੀ ਹੈ। ਸੋ ਚਾਹੇ ਪੇਪਰ ਪ੍ਰੀ ਐਂਡ ਮੇਨਸ ਵਿੱਚ ਕਨਵਰਟ ਹੋ ਗਿਆ, ਤੁਸੀਂ ਪਰ ਘਬਰਾਉਣਾ ਨਹੀਂ ਹੈਗਾ। ਇੰਜੀਨੀਅਰਸ ਕਰੇ ਗਰੁੱਪ ਡੇ 1 ਤੁਹਾਡੇ ਲਈ ਮਿਹਨਤ ਕਰ ਰਿਹਾ ਹੈਗਾ। ਸਾਡੇ ਸਾਰੇ ਟੀਚਰ, ਸਾਰੀ ਟੀਮ ਜਿਹੜੀ ਹੈਗੀ ਹੈ ਉਹ ਤੁਹਾਡੇ ਕਰੀਅਰ ਨੂੰ ਸ਼ੇਪ ਅਪ ਕਰਨ ਲਈ ਜਿਹੜੇ ਹੈ ਲੱਗੇ ਹੋਏ ਨੇ। ਸੋ ਤੁਸੀਂ ਇੰਜੀਨੀਅਰਸ ਕਰੀਅਰ ਨਾਲ ਜੁੜੋ। PSPCL ਦੇ ਲੇਟੈਸਟ ਐਗਜ਼ਾਮ ਪੈਟਰਨ ਦੇ ਹਿਸਾਬ ਨਾਲ ਤੁਹਾਨੂੰ ਕੋਚਿੰਗ ਦਿੱਤੀ ਜਾਏਗੀ। ਤੁਹਾਡੇ ਜਿਹੜੇ ਐਗਜ਼ਾਮ ਲੈਵਲ ਹੈਗਾ, ਜਿਹੜੇ ਕੁਐਸਚਨ ਦਾ ਲੈਵਲ ਹੈਗਾ, ਜਿਹੜਾ ਸਿਲੇਬਸ ਹੈਗਾ ਉਹਨੂੰ ਉਸੀ ਡਿਟੇਲ ਨਾਲ, ਉਸੀ ਬਰੋਡਨੈਸ ਨਾਲ ਜਿਹੜਾ ਹੈ ਕਵਰ ਕਰਿਆ ਜਾਏਗਾ। ਸੋ ਕੋਰਸ ਨੂੰ ਜੁਆਇਨ ਕਰਨ ਲਈ ਸਾਡੇ ਹੈਲਪਲਾਈਨ ਨੰਬਰ 'ਤੇ ਫੋਨ ਕਰਨਾ ਨਹੀਂ ਭੁੱਲਣਾ ਹੈਗਾ। ਹੈਲਪਲਾਈਨ ਨੰਬਰ ਜਿਹੜਾ ਹੈਗਾ 9855-7544 'ਤੇ ਕਾਲ ਕਰਨੀ ਹੈ। ਇਹ ਨੰਬਰ ਤੁਹਾਨੂੰ ਵੀਡੀਓ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ। ਫਰਦਰ PSPCL ਦੀ ਜਦੋਂ ਨੋਟੀਫਿਕੇਸ਼ਨ ਜਾਰੀ ਹੋ ਜਾਏਗੀ, ਔਨਲਾਈਨ ਐਪਲੀਕੇਸ਼ਨ ਜਿਹੜਾ ਹੈਗਾ ਪ੍ਰੋਸੈਸ ਸਟਾਰਟ ਹੋ ਜਾਏਗਾ, ਤੁਹਾਡੇ ਲਈ ਮੈਂ ਦੁਬਾਰਾ ਇੱਕ ਵੀਡੀਓ ਲੈ ਕੇ ਆਊਂਗਾ ਰਿਮਾਈਂਡਰ ਲਈ, ਸੋ ਦੈਟ ਤੁਹਾਡਾ ਜਿਹੜਾ ਐਗਜ਼ਾਮ ਹੈ ਉਹ ਨਾ ਛੁੱਟੇ। ਤੋ ਇਸ ਚੈਨਲ 'ਤੇ ਬਣੇ ਰਹੋ। ਇਸ ਚੈਨਲ 'ਤੇ ਮੈਂ ਡੇਲੀ 6:30 ਤੁਹਾਡੇ ਲਈ ਮੈਂ ਲਾਈਵ ਵੀ ਆਉਂਦਾ ਹੈਗਾ, ਔਰ ਤੁਹਾਡੇ ਜਿਹੜੇ ਵੀ ਡਾਊਟ ਹੁੰਦੇ ਨੇ ਆਪਾਂ ਨੂੰ ਲਾਈਵ ਜਿਹੜਾ ਹੈਗਾ ਡਿਸਕਸ ਕਰਦੇ ਹੈਗੇ ਹਾਂ। ਮੇਰਾ ਇਹ ਟੀਚਾ ਹੈਗਾ ਕਿ ਪੰਜਾਬ ਦੇ ਬੱਚੇ ਜਿਹੜੇ ਵੀ ਇਸ ਰੀਜਨ ਵਿੱਚ ਹੈਗੇ ਨੇ ਉਹਨਾਂ ਦਾ ਕੋਈ ਵੀ ਡਾਊਟ ਮਨ ਵਿੱਚ ਨਾ ਰਹੇ, ਜਿਹਦੇ ਕਰਕੇ ਉਹਨਾਂ ਨੂੰ ਕੱਲ੍ਹ ਨੂੰ ਇਹ ਨਾ ਲੱਗੇ ਕਿ ਮੈਨੂੰ ਸ਼ਾਇਦ ਗਾਈਡੈਂਸ ਮਿਲੀ ਆਉਂਦੀ ਤਾਂ ਮੈਂ ਰਾਈਟ ਟਾਈਮ ਰਾਈਟ ਗਾਈਡੈਂਸ ਨਾਲ ਜਿਹੜਾ ਹੈਗਾ ਆਪਣਾ ਐਗਜ਼ਾਮ ਕਲੀਅਰ ਕਰ ਪਾਉਂਦਾ। ਸੋ ਉਹ ਹੀ ਬੇੜਾ ਚੱਕ ਕੇ ਉਹਨੂੰ ਜਿਹੜਾ ਹੈਗਾ ਡੇਲੀ 6:30 ਔਨਲਾਈਨ ਆ ਕੇ ਲਾਈਵ ਆ ਕੇ ਤੁਹਾਡੇ ਡਿਸਕਸ ਕਰਦਾ ਹੈਗਾ। ਸੋ ਤੁਹਾਡੇ ਮਨ 'ਚ ਕੋਈ ਵੀ ਡਾਊਟ ਹੋਵੇ ਤਾਂ ਇਸ ਚੈਨਲ ਦੇ 6:30 ਤੁਹਾਨੂੰ ਲਾਈਵ ਮੈਂ ਮਿਲੂੰਗਾ। ਪਲੱਸ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਸੋ ਦੈਟ ਜਿੱਦਾਂ ਹੀ ਮੈਂ ਲਾਈਵ ਆਉਣਾ ਹੈਗਾ, ਨਵੀਂ ਵੀਡੀਓ ਕੋਈ ਨਵੀਂ ਪਾਉਣਾ ਹੈਗਾ, ਤੁਹਾਨੂੰ ਸਾਰਿਆਂ ਨਾਲ ਪਹਿਲਾਂ ਨੋਟੀਫਿਕੇਸ਼ਨ ਆ ਜਾਏ ਔਰ ਤੁਸੀਂ ਉਹ ਵੀਡੀਓ ਜਿਹੜੀ ਹੈਗੀ ਦੇਖ ਕੇ ਆਪਣਾ ਜਿਹੜਾ ਗੋਲ ਹੈਗਾ ਉਹਨੂੰ ਅਚੀਵ ਕਰ ਸਕੋ। ਮੈਂ ਅੱਗੇ ਵੀ ਤੁਹਾਡੇ ਲਈ ਨਵੀਂ ਨਵੀਂ ਵੀਡੀਓਸ ਜਿਹੜੀਆਂ ਹੈਗੀਆਂ ਉਹ ਲੈ ਕੇ ਆਉਂਦਾ ਰਹਾਂਗਾ। ਔਰ ਮੇਰਾ ਇਹ ਗੋਲ ਜਿਹੜਾ ਹੈਗਾ ਕਿ ਤੁਹਾਡੀ ਜਿਹੜੀ ਜੋਬ ਇਸ ਵਾਰ ਆਪਾਂ ਲਗਵਾ ਕੇ ਰਹਿਣੀ ਹੈਗੀ ਹੈ ਉਹ ਜਿਹੜੀ ਆਪਾਂ ਲਗਵਾ ਕੇ ਰਹਾਂਗੇ। ਔਰ ਕਿਤੇ ਨਾ ਕਿਤੇ ਇੰਜੀਨੀਅਰ ਸਿਰ ਨੂੰ ਬਹੁਤ ਵੱਡਾ ਜਿਹੜਾ ਰੋਲ ਹੈ ਇਸ ਵਾਰ ਪਲੇ ਕਰ ਰਿਹਾ ਪੂਰੇ ਪੰਜਾਬ, ਹਰਿਆਣਾ, ਹਿਮਾਚਲ, J&K ਦੇ ਸਟੂਡੈਂਟਸ ਲਈ, ਜਿਹੜੀ ਤੁਹਾਨੂੰ ਘਰੇ ਬੈਠ ਕੇ ਲਾਈਵ ਕੋਰਸ ਜਿਹੜੀ ਹੈ ਉਹਦੀ ਕੋਚਿੰਗ ਦਿੱਤੀ ਜਾ ਰਹੀ ਹੈਗੀ ਹੈ। ਬਹੁਤ ਸਾਰੇ ਬੱਚੇ ਤੁਸੀਂ ਮੇਰੇ ਵੀਡੀਓ ਨੂੰ ਪਿਆਰ ਦੇ ਰਹੇ ਹੋ, ਇੱਦਾਂ ਹੀ ਪਿਆਰ ਦਿੰਦੇ ਰਹੋ, ਇੰਜੀਨੀਅਰਸ ਕਰੀਅਰ ਨਾਲ ਜੁੜੇ ਰਹੋ ਔਰ ਆਪਣੀ ਨੌਲੇਜ ਨੂੰ ਜਿਹੜਾ ਹੈਗਾ ਅਪਗ੍ਰੇਡ ਕਰਦੇ ਰਹੋ। ਥੈਂਕ ਯੂ ਵੈਰੀ ਮੱਚ।